ਵਿੱਚ ਨਸਲੀ ਹਮਲੇ ਤੋਂ ਬਾਅਦ ਸਰਕਾਰ ਨਸਲਵਾਦ ਖਿਲਾਫ ਸਖਤ ਹੁੰਦੀ ਜਾ ਰਹੀ ਹੈ। ਇਸ ਸੰਬੰਧੀ ਸਰਕਾਰ ਨੇ ਐਨਐਸਜੀ ਦੀ ਮੂਵਮੈਂਟ ਨੂੰ ਲੈ ਕੇ ਵੱਡਾ ਫੈਸਲਾ ਕੀਤਾ। ਮੰਤਰਾਲੇ ਨੇ ਕਿਹਾ ਕਿ ਦਹਿਸ਼ਤਗਰਦਾਂ ਖਿਲਾਫ ਆਪਰੇਸ਼ਨ ਲਈ ਐਨਐਸਜੀ ਨੂੰ ਗ੍ਰੀਨ ਕੋਰੀਡੋਰ ਮਿਲੇਗਾ। ਇਸ ਦਾ ਮਤਲਬ ਇਹ ਹੈ ਕਿ ਆਪਰੇਸ਼ਨ ਲਈ ਨਿਕਲੇ ਐਨਐਸਜੀ ਦੇ ਕਮਾਂਡੋ ਨੂੰ ਪੂਰਾ ਰਸਤਾ ਟ੍ਰੈਫਿਕ ਫ੍ਰੀ ਮਿਲੇਗਾ। ਸਰਕਾਰ ਦਾ ਮੰਨਣਾ ਹੈ ਕਿ ਗ੍ਰੀਨ ਕੋਰੀਡੋਰ ਮਿਲਣ ਨਾਲ ਐਨਐਸਜੀ ਕਮਾਂਡੋ ਨੂੰ ਆਪਰੇਸ਼ਨ ਵਿੱਚ ਤੁਰੰਤ ਪਹੁੰਚਣ ਵਿੱਚ ਮਦਦ ਮਿਲੇਗੀ। ਇਸ ਦੇ ਨਾਲ ਹੀ ਆਪਰੇਸ਼ਨ ਨੂੰ ਬਿਹਤਰ ਤਰੀਕੇ ਨਾਲ ਛੇਤੀ ਅੰਜਾਮ ਦਿੱਤਾ ਜਾ ਸਕੇਗਾ। 15 ਅਪ੍ਰੈਲ ਤੋਂ 20 ਅਪ੍ਰੈਲ ਤੱਕ ਦੇ ਦੇਸ਼ ਦੇ ਕਈ ਸ਼ਹਿਰਾਂ ਵਿੱਚ ਐਨਐਸਜੀ ਦੇ ਕਮਾਂਡੋ ਨੇ ਗ੍ਰੀਨ ਕੋਰੀਡੋਰ ਬਾਰੇ ਅਭਿਆਸ ਵੀ ਕੀਤਾ ਸੀ।